ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦੇਸ਼ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਇਸ ਤਰ੍ਹਾਂ ਹੀ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਮਾਂ ਭਵਾਨੀ ਦੇ ਮੰਦਿਰ ਵਿੱਚ ਵੀ ਇਹ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਜਿੱਥੇ ਹੀ ਛੋਟੇ ਛੋਟੇ ਬੱਚਿਆਂ ਵਿੱਚ ਰਾਧਾ ਕ੍ਰਿਸ਼ਨ ਬਣਨ ਦਾ ਚਾਅ ਬਹੁਤ ਜ਼ਿਆਦਾ ਦੇਖਿਆ ਜਾਂਦਾ ਹੈ, ਉੱਥੇ ਯੂਕੇ ਤੋਂ ਆਏ ਬੱਚੇ ਕਿੰਨੀ ਖਿੱਲੀ ਰਿੰਕੀ ਨੇ ਵੀ ਰਾਧਾ ਕ੍ਰਿਸ਼ਨ ਬਣ ਕੇ ਆਪਣੇ ਚਾਅ ਨੂੰ ਚਾਰ ਚੰਨ ਲਾਏ। ਲੁਧਿਆਣੇ ਤੋਂ ਸਰਬਜੀਤ ਮਹਿਰਾ ਦੀ ਇਹ ਖਾਸ ਰਿਪੋਰਟ।